ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਪੀ ਦੀਵਾਲੀ। ਸੋ ਮਿੱਤਰੋ ਭੈਣਾਂ ਨੂੰ ਬੜਾ ਚਾਅ ਹੁੰਦਾ ਹੈ ਭਾਈਆਂ ਦਾ, ਅਤੇ ਦੀਵਾਲੀ ਉਹ ਬੇਸ਼ੱਕ ਉਹਨੂੰ ਚਾਹੇ ਕੋਈ ਲਾਲਚ ਨਹੀਂ ਹੁੰਦਾ ਸੰਧਾਰਾ, ਉਹ ਬੇਸ਼ੱਕ ਖਾਲੀ ਆ ਜਾਵੇ ਪਰ ਆਪਣੀਆਂ ਭੈਣਾਂ ਕੋਲੇ ਜਾਣਾ ਬਣਦਾ। ਸੋ ਇੱਕ ਰੀਅਲ ਹਕੀਕਤ ਕਹਾਣੀ ਮੈਂ ਤੁਹਾਨੂੰ ਦੱਸਣ ਲੱਗਾ। ਮੇਰੀ ਆਪਣੀ ਵਾਈਫ ਦਾ ਜਿਹੜਾ ਭਰਾ ਗੋਲੀ ਉਹਨੂੰ ਸੰਧਾਰਾ ਦੇ ਕੇ ਗਿਆ, ਤਾਂ ਮੈਨੂੰ ਲੱਗਾ ਵੀ ਮੈਨੂੰ ਵੀ ਜਾਣਾ ਬਣਦਾ। ਜਦੋਂ ਮੇਰੀ ਬੇਬੇ ਨੇ ਮੇਰੀ ਭੈਣ ਨੂੰ ਰਾਣੀ ਨੂੰ ਦੱਸਿਆ, ਮੇਰੀ ਭੈਣ ਰਾਣੀ ਵੱਡੀ ਮੈਥੋਂ, ਮੈਨੂੰ ਸ਼ਾਇਦ ਜਵਾਕਾਂ ਵਾਂਗੂ ਖੜਾਇਆ ਇਹਨੇ, ਅਤੇ ਮਾਵਾਂ ਵਰਗੀ ਹੈ ਭੈਣ। ਅਤੇ ਜਦੋਂ ਇਹਨੂੰ ਪਤਾ ਲੱਗਿਆ ਵੀ ਜਾਣੀ ਮੇਰੀ ਵਾਈਫ ਦਾ ਜਿਹੜਾ ਉਹ ਭਰਾ ਉਹਨੂੰ ਸੰਧਾਰਾ ਦੇ ਗਿਆ, ਤਾਂ ਬੇਬੇ ਨੇ ਦੱਸਿਆ, ਤਾਂ ਬੇਸ਼ੱਕ ਕੋਈ ਸਰੀਕਾਬਾਜ਼ੀ ਨਹੀਂ ਪਰ ਇੱਕ ਥੋੜ੍ਹਾ ਜਿਹਾ ਹੌਂਸਲਾ ਹੁੰਦਾ ਨਾ ਵੀ ਸੰਧਾਰੇ ਦਾ। ਦੋ ਲਾਈਨਾਂ ਮੈਂ ਲਿਖੀਆਂ, ਮੇਰੀ ਕਲਮ ਨੇ ਮੈਨੂੰ ਮਜਬੂਰ ਕੀਤਾ, ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾ। ਹੁੰਦਾ ਭੈਣਾਂ ਨੂੰ ਭਾਈਆਂ ਦਾ ਬੜਾ ਚਾਵੇ, ਤੂੰ ਮੇਰੇ ਸਹੁਰਿਆਂ ਦਾ ਭੁੱਲ ਗਿਆ ਰਾਹ ਵੇ। ਹੁੰਦਾ ਭਾਈਆਂ ਨੂੰ ਭੈਣਾਂ ਦਾ ਬੜਾ ਚਾਵੇ, ਹੁੰਦਾ ਭੈਣਾਂ ਨੂੰ ਭਾਈਆਂ ਦਾ ਬੜਾ ਚਾਵੇ, ਤੂੰ ਮੇਰੇ ਸਹੁਰਿਆਂ ਦਾ ਭੁੱਲ ਗਿਆ ਰਾਹ ਵੇ। ਜਦੋਂ ਦੱਸਿਆ ਬੇਬੇ ਨੇ ਸੱਚੀ ਸੁਣ ਕੇ ਵੀ ਗਿਆ ਸੀ ਕਲੇਜਾ ਚੀਰਿਆ, ਭੈਣ ਭਾਈ ਭਾਬੀ ਦਾ ਸੰਧਾਰਾ ਦੇ ਕੇ ਗਿਆ ਵੇ, ਤੂੰ ਕਿਉਂ ਨਹੀਂ ਆਇਆ ਵੀਰਿਆ। ਭਾਈ ਭਾਬੀ ਦਾ ਸੰਧਾਰਾ ਦੇ ਕੇ ਗਿਆ ਏ ਵੀ ਤੂੰ ਕਿਉਂ ਨਹੀਂ ਆਇਆ ਵੀਰਿਆ। ਸੋ ਰਿਸ਼ਤਿਆਂ ਨਾਲ ਜੁੜੋ, ਆਪਣੀਆਂ ਨਿੱਕੀਆਂ ਵੱਡੀਆਂ ਭੈਣਾਂ ਨੂੰ ਸੰਧਾਰਾ ਦੇ। ਸੌਖਾ ਵਕਤ ਗੁਜ਼ਰ ਹੀ ਜਾਂਦਾ ਏ, ਦੋ ਵੇਲੇ ਤਾਂ ਰੋਟੀ ਹਰ ਕੋਈ ਖਾਂਦਾ ਏ, ਅਰਜ਼ ਕਰੀ ਕੇ ਬਿਲਕੁਲ ਹੱਟੀ ਪੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ, ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ। ਖੁਸ਼ੀ ਦੇ ਆ ਵੀਰੇ, ਖੁਸ਼ੀ ਦੇ ਆ, ਖੁਸ਼ੀ ਦੇ ਆ, ਹੈ ਕੋਈ ਨੀ। ਹਾਂ ਇਹ ਖੁਸ਼ੀ ਦੇ ਆ, ਸੱਚੋ ਖੁਸ਼ੀ ਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਆਏ ਹੋਏ ਅੱਜ ਮੋਗੇ ਮਹਾਰਾਜਾ ਪੈਲਸ ਦੇ ਵਿੱਚ। ਕਿੱਦਾਂ ਵਧੀਆ ਕੰਮ ਚੱਲਦਾ? ਹਾਂਜੀ ਸਰ, ਥੈਂਕ ਯੂ ਸਰ, ਹੈਪੀ ਬਰਥਡੇ। ਧੰਨਵਾਦ, ਸਾਡਾ ਹੈਪੀ ਬਰਥਡੇ ਤਾਂ ਇਹਨਾਂ ਨਾਲ ਹੈ, ਕਾਮੇ ਨਾਲ ਹੈ ਨਾ। ਮਗਦਾ ਰਹੀ ਵੇ ਸੂਰਜ ਕਮੀਆਂ ਦੇ ਵਿਹੜੇ, ਹੈ ਨਾ, ਇਹ ਕਾਮੇ ਨੇ ਸਾਡੇ ਅਤੇ ਲਵ ਯੂ ਆ।